ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸੋਹਣੀ ਜੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਹਾਰਡ ਕੌਰ ਦੀ ਸਟਾਰ ਕਾਸਟ ਦੇ ਨਾਲ, ਅਤੇ ਲਓ ਤੁਸੀਂ ਵੇਖ ਲਓ ਸਾਡੇ ਨਾਲ ਕਿਹੜੀ ਸੋਹਣੀਆਂ ਸੋਹਣੀਆਂ ਦੋ ਕੁੜੀਆਂ ਖੜੀਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੀ ਕੈਰੇਕਟਰ ਬਾਰੇ ਤੁਸੀਂ, ਅੱਜ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਹਾਰਡ ਕੌਰ ਫਿਲਮ ਆ ਰਹੀ ਹੈ ਤੁਹਾਡੀ, ਅਤੇ ਉਹਦੇ ਵਿੱਚ ਤੁਹਾਡਾ ਕੈਰੇਕਟਰ ਦੇ ਬਾਰੇ ਥੋੜ੍ਹੀ ਅਸੀਂ ਉਹਦੇ 'ਤੇ ਤੁਸੀਂ ਥੋੜ੍ਹੀ ਲਾਈਟ ਪਾਓਗੇ, ਥੋੜ੍ਹਾ ਪਰਛਾਵਾਂ ਪਾਓ। ਲੈਲਾ ਕੌਰ ਇਸ ਇੱਕ ਮੂਵੀ 'ਚ ਇੱਕ NRI ਕੁੜੀ ਹੈ ਜੋ ਕਿ ਆਪਣੀ ਮੂਵੀ ਦੀ ਵਿਕਟਮ ਹੈ। ਸੀਰਤ ਕੌਰ ਉਸਦੀ ਬਹੁਤ ਕਲੋਜ਼ ਫਰੈਂਡ ਹੈ। ਟਾਈਮ ਇੱਦਾਂ ਦਾ ਆਉਂਦਾ ਕਿ ਉਸਦੀ ਬਹੁਤ ਫਾਸਟ ਫਰੈਂਡ ਪ੍ਰੋਬਲਮ 'ਚ ਆਉਂਦੀ ਹੈ, ਠੀਕ ਹੈ, ਅਤੇ ਉਸ ਟਾਈਮ ਉਸਦਾ ਕੀ ਰਿਐਕਸ਼ਨ ਹੁੰਦਾ, ਉਹ ਕਿੰਨੀ ਉਸ ਚੀਜ਼ ਨੂੰ ਸੀਰੀਅਸਲੀ ਟੈਕਲ ਕਰਦੀ ਹੈ, ਕੀ ਐਫਰਟਸ ਪਾਉਂਦੀ ਹੈ ਉਹ ਉਸ ਯੂਨੋ ਆਪਣੀ ਫਰੈਂਡ ਨੂੰ ਬਚਾਉਣ ਦੇ ਲਈ, ਅਤੇ ਇਹ ਸਾਰਾ ਜੋ ਹੈ ਲੈਲਾ ਦਾ ਤੁਹਾਨੂੰ ਰੋਲ ਉਹਦੇ 'ਚ ਦੇਖਣ ਨੂੰ ਮਿਲੇਗਾ। ਅਤੇ ਇਸ ਕੋਨਸੈਪਟ ਦੇ ਉੱਤੇ ਪਹਿਲਾਂ ਵੀ ਇੱਦਾਂ ਦੀ ਫਿਲਮਾਂ ਨਹੀਂ ਬਣੀਆਂ ਜਿੱਦਾਂ ਸਾਡੇ ਬੋਲੀਵੁੱਡ ਇੰਡਸਟਰੀ ਵਿੱਚ ਕੌਮੇਡੀ ਦੀਆਂ ਜ਼ਿਆਦਾ ਚੱਲਦੀਆਂ, ਅਤੇ ਇਹ ਕੋਨਸੈਪਟ ਦੇ ਵਿੱਚ ਕੀ ਵੱਖਰਾ ਹੈ, ਇਹਦੇ ਵਿੱਚ ਕੀ ਲੋਕਾਂ ਨੂੰ ਦੇਖਣ ਨੂੰ ਮਿਲੇਗਾ, ਇਹ ਕੀ ਮੈਸੇਜ ਹੈ? ਫਸਟ ਆਫ ਆਲ ਲੜਕੀਆਂ ਨੂੰ ਲੈ ਕੇ ਸਟੋਰੀ ਬਣਾਈ ਗਈ ਹੈ, ਪੰਜ ਕੁੜੀਆਂ ਲਗੀਆਂ ਨੇ, ਠੀਕ ਹੈ, ਅਤੇ ਇਟ ਮੀਨਸ ਸਟੋਰੀ ਬਿਲਕੁਲ ਕੁੜੀਆਂ 'ਤੇ ਹੈ ਨਾ, ਲੜਕਾ ਐਕਟਰ ਲਿਆ ਹੀ ਨਹੀਂ, ਕੋਈ ਵਿਲਨ ਹੈ ਸਾਡੇ ਮੂਵੀ ਦਾ। ਐਂਡ ਫੀਮੇਲਸ ਨੂੰ ਦਿਖਾਇਆ ਗਿਆ ਕਿ ਦੇ ਆਰ ਨੋਟ ਵੀਕ, ਦੇ ਆਰ ਮੋਰ ਪਾਵਰਫੁਲ ਦੈਨ ਯੂ ਨੋ ਬੋਇਜ਼, ਔਰ ਅਗਰ ਉਹ ਆਪਣੀ ਆਈ 'ਤੇ ਆ ਜਾਣ ਤਾਂ ਉਹ ਕਿਸ ਹੱਦ ਤੱਕ ਜਾ ਸਕਦੀਆਂ ਨੇ, ਇਹ ਸ਼ਾਇਦ ਸੋਸਾਇਟੀ ਨੂੰ ਆਈਡੀਆ ਨਹੀਂ ਹੈਗਾ। ਇਹੀ ਦਿਖਾਇਆ ਗਿਆ ਕਿ ਬੋਇਜ਼ ਦੇ ਲਈ ਕਿ ਕੁੜੀਆਂ ਨੂੰ ਰਿਸਪੈਕਟ ਕਰੋ, ਤੁਸੀਂ ਵੀ ਇੱਕ ਮਦਰ ਦੇ ਕੁੱਖੋਂ ਹੀ ਜਨਮ ਲਿਆ ਨਾ, ਅਤੇ ਤੁਸੀਂ ਲੜਕੀਆਂ ਨੂੰ ਫਿਰ ਰਿਸਪੈਕਟ ਕਿਉਂ ਨਹੀਂ ਕਰ ਰਹੇ, ਤੁਸੀਂ ਉਹਨਾਂ ਨੂੰ ਕਿਉਂ ਪਰੇਸ਼ਾਨ ਕਰਦੇ ਹੋ? ਔਰ ਸੇਮ ਪੇਰੈਂਟਸ ਲਈ ਕਿ ਬੀ ਓਪਨ ਅਪ ਵਿਦ ਯੂਅਰ ਡੋਟਰਸ, ਯੂ ਨੋ, ਉਹਨਾਂ ਨੂੰ ਆਪਣੇ ਬੇਟਿਆਂ ਨਾਲੋਂ ਜ਼ਿਆਦਾ ਤੁਸੀਂ ਐਟਲੀਸਟ ਬੇਟਿਆਂ ਦੇ ਜਿੰਨਾ ਤਾਂ ਉਹਨਾਂ ਨੂੰ ਪਿਆਰ ਔਰ ਉਹਨਾਂ ਨੂੰ ਓਪਨ ਅਪ ਹੋਵੋ, ਅਤੇ ਇਹੀ ਸਭ ਕੁਝ ਸਾਰਿਆਂ ਲਈ ਮੈਸੇਜ ਹੈ, ਲੜਕੀਆਂ ਲਈ ਵੀ ਹੈ। ਤੁਹਾਡਾ ਜਿਹੜਾ ਕੈਰੈਕਟਰ ਹੈ ਦ੍ਰਿਸ਼ਟੀ ਦੀ, ਅਸੀਂ ਫਿਲਮ ਵਿੱਚ ਦੇਖਿਆ, ਉਹ ਵੈਸੇ ਹੀ ਸਾਨੂੰ ਦੇਖਣ ਨੂੰ ਇੰਨਾ ਇੰਪ੍ਰੈਸਿਵ ਲੱਗ ਰਿਹਾ, ਐਡਵੋਕੇਟ ਦਾ ਜਿਹੜਾ ਕੈਰੈਕਟਰ ਹੈ ਉਹਦੇ ਬਾਰੇ ਸਰ ਸਾਨੂੰ ਹੋਰ ਦੱਸੋ ਕਿ ਤੁਸੀਂ ਆਪਣੀ ਰੀਅਲ ਲਾਈਫ 'ਚ ਵੀ ਇੰਨੀ ਅਗਰੈਸਿਵ ਹੋ ਜਾਂ ਕਿ? ਮੈਂ ਰੀਅਲ ਲਾਈਫ 'ਚ ਬਿਲਕੁਲ ਵੀ ਇੱਦਾਂ ਦੀ ਨਹੀਂ ਹੈਗੀ, ਅਗਰੈਸਿਵ ਨਹੀਂ ਹੈਗੀ, ਮੇਰੇ 'ਚ ਪੇਸ਼ੈਂਸ ਬਹੁਤ ਜ਼ਿਆਦਾ ਗਾ, ਪਰ ਹਾਂ ਅਗਰ ਪੇਸ਼ੈਂਸ ਲੈਵਲ ਗਿਆ ਉੱਪਰ ਫਿਰ ਤਾਂ ਖੈਰ ਨਹੀਂ। ਸੋ ਫਿਲਮ ਦੇ ਵਿੱਚ ਵੀ ਇਹੀ ਹੈਗਾ ਮੈਸੇਜ, ਵੀ ਇਹੀ ਦਿੱਤਾ ਵੀ ਕੁੜੀਆਂ ਸਹਿੰਦੀਆਂ ਨੇ ਪਰ ਕਿੰਨਾ ਕੁ ਸਹਿਣਗੀਆਂ, ਇੱਕ ਟਾਈਮ ਤਾਂ ਆਏਗਾ ਜਦੋਂ ਉਹਨਾਂ ਨੂੰ ਜਵਾਬ ਦੇਣਾ ਪਏਗਾ। ਸੋ ਫਿਲਮ ਦੇ ਵਿੱਚ ਇਹੀ ਆ ਕਿ ਕੁੜੀ ਹੁੰਦੀ ਆ ਵਿਕਟਮ, ਜੋ ਸੀਰਤ ਕੌਰ ਆ ਉਹਨੂੰ ਇਨਸਾਫ ਦਿਲਾਉਣ ਵਾਸਤੇ ਇੱਕ ਐਡਵੋਕੇਟ ਜਿਹਦਾ ਨਾਮ ਹੁੰਦਾ ਅਮਰਜੀਤ ਕੌਰ ਖੜ੍ਹੀ ਹੁੰਦੀ ਆ, ਅਤੇ ਉਹਦੇ ਨਾਲ ਤਿੰਨ ਹੋਰ ਕੁੜੀਆਂ ਹੁੰਦੀਆਂ ਨੇ ਖੜ੍ਹੀ, ਸੋ ਉਹਨੂੰ ਇਨਸਾਫ ਦਿਲਾਉਂਦੀਆਂ ਨੇਗੀਆਂ। ਸੋ ਰੀਅਲ ਲਾਈਫ 'ਚ ਮੈਂ ਉੱਦਾਂ ਦੀ ਨਹੀਂ ਹੈਗੀ। ਤੁਸੀਂ ਬਾਰ ਬਾਰ ਕਹਿ ਰਹੇ ਹੋ ਕਿ ਕੁੜੀਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ, ਆਵਾਜ਼ ਚੁੱਕਣੀ ਚਾਹੀਦੀ ਹੈ, ਰੀਅਲ ਲਾਈਫ ਦੇ ਵਿੱਚ ਤੁਸੀਂ ਕੁੜੀਆਂ ਨੂੰ ਕੋਈ ਮੈਸੇਜ ਦੇਣਾ ਚਾਹੋ, ਤੁਸੀਂ ਆਪਣੇ ਕੋਈ? ਮੇਰਾ ਇਹੀ ਆ ਕਿ ਆਪਣੇ ਆਪ ਨੂੰ ਦਬਾ ਕੇ ਨਾ ਰੱਖੋ, ਇੱਕ ਵਾਰ ਹੁੰਦਾ, ਦੋ ਵਾਰ ਹੁੰਦਾ, ਤਿੰਨ ਵਾਰ ਹੁੰਦਾ, ਅਗਰ ਜ਼ਿਆਦਾ ਹੁੰਦਾ ਤਾਂ ਆਪਣੀ ਫੈਮਿਲੀ ਨੂੰ ਜਾ ਕੇ ਜ਼ਰੂਰ ਦੱਸੋ, ਕਿਉਂਕਿ ਮਾਂ ਬਾਪ ਤੋਂ ਇਲਾਵਾ ਹੋਰ ਤੁਹਾਡੇ ਨਾਲ ਕੋਈ ਖੜ੍ਹਾ ਨਹੀਂ ਹੁੰਦਾ, ਕੋਈ ਸੁਸਾਇਟੀ ਨਹੀਂ, ਕੋਈ ਫਰੈਂਡ ਨਹੀਂ, ਕੋਈ ਨਹੀਂ ਖੜ੍ਹਾ ਹੋਏਗਾ। ਮਾਂ ਬਾਪ ਨਾਲ ਤੁਸੀਂ ਹਰ ਚੀਜ਼ ਸ਼ੇਅਰ ਕਰੋ, ਕਿਉਂਕਿ ਅਗਰ ਤੁਸੀਂ ਖੁਦ ਹੀ ਮਾਂ ਬਾਪ ਦੇ ਨਾਲ ਸ਼ੇਅਰ ਨਹੀਂ ਕਰੋਗੇ ਤਾਂ ਚੌਥੇ ਦਿਨ ਤੁਹਾਡੇ ਨਾਲ ਇਹੋ ਜਿਹੀ ਘਟਨਾ ਵਾਪਰੇਗੀ ਤਾਂ ਉਸ ਤੋਂ ਬਾਅਦ ਫਿਰ ਤੁਹਾਡੇ ਹੱਥ 'ਚ ਕੁਝ ਵੀ ਨਹੀਂ ਰਹੇਗਾ। ਸੋ ਮਾਂ ਬਾਪ ਨੂੰ ਵੀ ਆਪਣੇ ਬੱਚਿਆਂ ਦੇ ਨਾਲ ਓਪਨ ਹੋਣਾ ਬਹੁਤ ਜ਼ਰੂਰੀ ਹੈਗਾ। ਬਚਪਨ ਤੋਂ ਹੀ ਓਪਨਨੈਸ ਆਪਣੇ ਯੂ ਨੋ ਬੱਚਿਆਂ ਦੇ ਲਈ ਦਿਖਾਓ ਤਾਂ ਕਿ ਉਹ ਖੁੱਲ੍ਹ ਕੇ ਆ ਕੇ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਨ। ਅਤੇ ਇਸ ਮੂਵੀ ਨੂੰ ਅਸੀਂ ਪਿੰਕ ਮੂਵੀ ਦੇ ਨਾਲ ਰਿਲੇਟ ਕਰਦੀ ਨਜ਼ਰ ਆ ਰਹੇ ਹਾਂ, ਅਤੇ ਉਹਦੇ ਵਿੱਚ ਇੱਕ ਫਿਲਮ ਕਿੱਥੇ ਖੜ੍ਹੀ ਹੁੰਦੀ ਹੈ ਉਸ ਲੈਵਲ ਦੇ ਵਿੱਚ, ਤੁਸੀਂ ਥੋੜ੍ਹਾ? ਇਹ ਫਿਲਮ ਪਹਿਲਾਂ ਤਾਂ ਪਿੰਕ ਦੇ ਨਾਲ ਬਿਲਕੁਲ ਵੀ ਰਿਲੇਟ ਨਹੀਂ ਕਰਦੀ ਹੈਗੀ, ਇਹ ਡਿਫਰੈਂਟ ਸਟੋਰੀ ਹੈ ਇਸ ਫਿਲਮ ਦੇ ਵਿੱਚ। ਇਸ ਫਿਲਮ 'ਚ ਕਾਫੀ ਸ਼ੇਡਸ ਹੈਗੇ ਆ, ਕਾਫੀ ਟਵਿਸਟ ਹੈਗੇ ਆ, ਟਰਨਸ ਹੈਗੇ ਆ, ਅਤੇ ਸਭ ਤੋਂ ਡਿਫਰੈਂਟ ਜੋ ਚੀਜ਼ ਹੈਗੀਆਂ ਸਿਰਫ ਕੁੜੀਆਂ ਨੇਗੀਆਂ, ਇਹਦੇ ਵਿੱਚ ਅਮਿਤਾਭ ਬੱਚਨ ਜੀ ਨਹੀਂ ਹੈਗੇ, ਇਹਦੇ ਵਿੱਚ ਸਿਰਫ ਕੁੜੀਆਂ ਹੀ ਹੈਗੀਆਂ ਜੋ ਕੁੜੀਆਂ ਦੇ ਲਈ ਖੜੀਆਂ ਨੇਗੀਆਂ। ਫਿਲਮ ਲੀਗ ਬਹੁਤ ਵਧੀਆ ਜੀ, ਅਪੀਲ ਹੋ ਜੀ ਤੁਹਾਡੇ ਦੋਨਾਂ ਵੱਲੋਂ। ਬਸ ਇਹੀ ਬੇਨਤੀ, ਇਹੀ ਰਿਕੁਐਸਟ ਹੈ, ਇੱਕ ਦਿਨ ਰਹਿ ਗਿਆ, ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ, ਸਾਡੀ ਹਾਲਤ ਦੇਖੋ ਕਿਹੋ ਜਿਹੀ ਹੋ ਗਈ ਹੈ, ਅਤੇ ਪ੍ਰਮੋਸ਼ਨ 'ਤੇ ਵੀ ਸਾਡਾ ਬਹੁਤ ਜ਼ਿਆਦਾ ਅਸੀਂ ਐਫਰਟਸ ਲਗਾ ਰਹੇ ਹਾਂ, ਅਤੇ ਬਹੁਤ ਅੱਛਾ ਕੰਟੈਂਟ ਤੁਹਾਡੇ ਲਈ ਲੈ ਕੇ ਆਏ ਹਾਂ। ਬਹੁਤ ਪਿਆਰੀ ਸਟੋਰੀ ਹੈ, ਇੱਕ ਹਰ ਘਰ ਦੀ, ਹਰ ਕੁੜੀ ਦੀ ਸਟੋਰੀ ਹੈ। ਪੇਰੈਂਟਸ, ਲੜਕੇ, ਲੜਕੀਆਂ ਸਾਰੇ ਜਣੇ ਇਸ ਮੂਵੀ ਨੂੰ ਦੇਖਣ ਜਾਓ, ਬਹੁਤ ਫੈਮਿਲੀ ਸਟੋਰੀ ਹੈ, ਅਤੇ ਇੱਕ ਦਿਨ ਰਹਿ ਗਿਆ, ਗੋ ਐਂਡ ਵਾਚ ਹਾਰਡ ਕੌਰ ਔਨ 15th ਆਫ ਦਿਸੰਬਰ। ਥੈਂਕ ਯੂ। ਨੀਤ ਨੇ ਬੋਲ ਹੀ ਦਿੱਤਾ ਗਾ ਸਾਰਾ ਕੁਛ, ਮੈਂ ਇਹ ਕਹੂੰਗੀ ਕਿ 15 ਦਸੰਬਰ ਨੂੰ ਆਓ, ਹਾਰਡ ਕੌਰ ਦੇਖੋ, ਤੁਹਾਨੂੰ ਪਸੰਦ ਆਵੇ ਆਪਣੇ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼ੇਅਰ ਕਰੋ, ਤੁਸੀਂ ਚੰਗਾ ਬੋਲੋਗੇ ਤਾਂ ਬਾਕੀ ਲੋਕ ਆ ਕੇ ਦੇਖਣਗੇ, ਅਤੇ ਇਹ ਜੋ ਫਿਲਮ ਹੈਗੀ ਆ ਪੂਰੇ ਸੋਸਾਇਟੀ ਨੂੰ ਦੇਖਣੀ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਬਹੁਤ ਵਧੀਆ ਮੈਸੇਜ ਡਿਲੀਵਰ ਕਰਨ ਦੀ ਕੋਸ਼ਿਸ਼ ਕੀਤੀ ਆ। 15 ਤਰੀਕ ਨੂੰ ਉਹ ਮੈਸੇਜ ਡਿਲੀਵਰ ਹੋ ਜੂਗਾ, ਅਤੇ ਤੁਹਾਡੇ ਜ਼ਰੀਏ ਤੁਸੀਂ ਅੱਗੇ ਹੋਰ ਲੋਕਾਂ ਨੂੰ ਯੂ ਨੋ ਇਨਵਾਈਟ ਕਰੋ ਇਹ ਫਿਲਮ ਦੇਖਣ ਲਈ। ਸੋ 15 ਦਸੰਬਰ ਹਾਰਡ ਕੌਰ ਦੇਖਣਾ ਨਾ ਭੁੱਲਿਓ।